ਯੂਐਸਏ ਤੋਂ ਇੱਕ ਖਬਰ ਆ ਰਹੀ ਹੈ ਇਲੀਗਲ ਮਾਈਗਰੈਂਟਸ ਨੂੰ ਲੈ ਕੇ, ਜਿੱਥੇ ਜੋ ਬਾਈਡਨ ਸਰਕਾਰ ਨੇ ਇੱਕ ਨਵਾਂ ਕਾਨੂੰਨ ਲੈ ਕੇ ਆਉਂਦਾ ਕੁਛ ਇਲੀਗਲ ਮਾਈਗਰੈਂਟਸ ਨੂੰ ਪੱਕਾ ਕਰਨ ਦਾ। ਔਰ ਇੱਕ ਤਾਂ ਮੈਂ ਗੱਲ ਤੁਹਾਡੇ ਨਾਲ ਇਹ ਕਰੂੰਗਾ, ਔਰ ਨਾਲ ਦੀ ਨਾਲ ਮੈਂ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਯੂਐਸ ਜਾਂਦੇ ਨੇ ਉਹਨਾਂ ਨੂੰ ਲੈ ਕੇ ਵੀ ਛੋਟੀ ਜਿਹੀ ਗੱਲਬਾਤ ਕਰੂੰਗਾ। ਸਵਾਗਤ ਤੁਹਾਡਾ ਸਾਰਿਆਂ ਸਾਡੇ ਐਮਕੈਨ ਇਮੀਗ੍ਰੇਸ਼ਨ ਦੇ ਇਸ ਯੂਟਿਊਬ ਚੈਨਲ ਦੇ ਉੱਪਰ। ਮੇਰਾ ਨਾਮ ਪ੍ਰਿਥੀਪਾਲ ਸਿੰਘ ਗਿੱਲ, ਮੈਂ ਇੱਕ ਲਾਇਸੈਂਸ ਅਤੇ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਇੱਕ ਛੋਟੀ ਜਿਹੀ ਰਿਕੁਐਸਟ, ਇਸ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਸਾਡੇ ਯੂਟਿਊਬ ਦੇ ਚੈਨਲ 'ਤੇ ਤੁਸੀਂ ਪਹਿਲੀ ਵਾਰ ਆ ਰਹੇ ਹੋ ਜਾਂ ਸਾਡਾ ਚੈਨਲ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਕਰੋ। ਅਸੀਂ ਬਹੁਤ ਤਰ੍ਹਾਂ ਦੇ ਇਨਫੋਰਮੇਟਿਵ ਵੀਡੀਓਜ਼ ਰੈਗੂਲਰ ਬੇਸਿਸ 'ਤੇ ਇਸੇ ਚੈਨਲ 'ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿ ਰਹੇ ਹਾਂ। ਗੱਲ ਕਰਦੇ ਅੱਜ ਆਪਾਂ ਯੂਐਸਏ ਨੂੰ ਲੈ ਕੇ, ਜਿੱਥੇ ਜੋ ਬਾਈਡਨ ਸਰਕਾਰ ਨੇ ਇੱਕ ਨਵਾਂ ਕਾਨੂੰਨ ਲੈ ਕੇ ਆਉਂਦਾ ਵਾ ਜਿਹਦੇ ਮੁਤਾਬਿਕ ਕੁਛ ਇਲੀਗਲ ਮਾਈਗ੍ਰੈਂਟਸ ਨੂੰ ਪੱਕਾ ਕਰਨ ਜਾ ਰਹੇ ਨੇ ਆਹ ਸਾਲ, ਕਿਉਂਕਿ ਚੋਣਾਂ ਦਾ ਸਰਕਾਰ ਸਾਲ ਹੈਗਾ ਵਾ ਇਸ ਸਾਲ। ਫੈਡਰਲ ਗਵਰਨਮੈਂਟ ਦੀਆਂ ਯੂਐਸ ਦੇ ਵਿੱਚ ਐਂਡ ਆਫ ਦੀ ਦਿਸ ਈਅਰ ਚੋਣਾਂ ਹੋਣੀਆਂ ਨੇ, ਸੋ ਉਹਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਇਹ ਕਾਨੂੰਨ ਲੈ ਕੇ ਆਉਂਦਾ ਵਾ। ਇਹਦੇ ਵਿੱਚ ਹੁਣ ਆਲਮੋਸਟ 5 ਲੱਖ ਦੇ ਕਰੀਬ ਜਿਹੜੇ ਇਲੀਗਲ ਮਾਈਗ੍ਰੈਂਟਸ ਨੇ ਜਿਹੜੇ ਯੂਐਸਏ 'ਚ ਰਹਿ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਊਗਾ। ਪਰ ਕੰਡੀਸ਼ਨ ਕੀ ਆ, ਸਿਰਫ ਉਹ ਲੋਕ ਹੀ ਪੱਕੇ ਕੀਤੇ ਜਾਣਗੇ ਜਿਹੜੇ ਪਿਛਲੇ 10 ਸਾਲ ਤੋਂ ਯੂਐਸਏ 'ਚ ਰਹਿ ਰਹੇ ਨੇ, ਪਹਿਲੀ ਕੰਡੀਸ਼ਨ। ਦੂਜੀ ਕੰਡੀਸ਼ਨ, ਜਿਹੜੇ ਕਿਸੇ ਅਮੈਰੀਕਨ ਸਿਟੀਜ਼ਨ ਦੇ ਨਾਲ ਵਿਆਹੇ ਹੋਏ ਨੇ, ਜਿਨ੍ਹਾਂ ਨੇ ਅਮੈਰੀਕਨ ਸਿਟੀਜ਼ਨ ਦੇ ਨਾਲ ਵਿਆਹ ਕੀਤਾ ਹੋਇਆ ਵਾ, ਔਰ ਨਾਲ ਦੀ ਨਾਲ ਉਹ ਪਿਛਲੇ 10 ਸਾਲ ਤੋਂ ਇਲੀਗਲ ਤਰੀਕੇ ਨਾਲ ਯੂਐਸਏ 'ਚ ਰਹਿ ਰਹੇ ਨੇ, ਕੋਈ ਹੋਰ ਕਿਸੇ ਤਰ੍ਹਾਂ ਦਾ ਕੋਈ ਇਲੀਗਲ ਮਾਈਗ੍ਰੈਂਟ ਜਿਹੜਾ ਵਾ ਉਹ ਕੁਆਲੀਫਾਈ ਇਸ ਨਵੇਂ ਕਾਨੂੰਨ ਦੇ ਹਿਸਾਬ ਨਾਲ ਨਹੀਂ ਕਰਦਾ। ਆਪਾਂ ਦੇਖਦੇ ਹਾਂ ਰੋਜ਼ ਹੀ ਕਿ ਸਭ ਤੋਂ ਜ਼ਿਆਦਾ ਜਿਹੜੇ ਇਲੀਗਲ ਮਾਈਗ੍ਰੈਂਟਸ ਨੇ ਲਾਰਜ ਨੰਬਰ ਦੇ ਵਿੱਚ ਉਹ ਯੂਐਸਏ 'ਚ ਐਂਟਰ ਕਰਦੇ ਨੇ। ਅੱਜ ਵੀ ਬਹੁਤ ਵੱਡਾ ਰੁਝਾਨ ਹੈ ਇਸ ਚੀਜ਼ ਦਾ, ਔਰ ਇਹਦੇ ਬਾਬਤ ਕਾਫੀ ਗੱਲਾਂ ਵੀ ਹੁੰਦੀਆਂ ਨੇ। ਬੜੇ ਲੋਕ ਇਸ ਭੁਲੇਖੇ 'ਚ ਰਹਿੰਦੇ ਨੇ ਕਿ ਸ਼ਾਇਦ ਉਹ 1-2 ਸਾਲ 'ਚ ਪੱਕੇ ਹੋ ਜਾਣਗੇ। ਮੈਂ ਇਹੋ ਜਿਹੇ ਬਹੁਤ ਲੋਕਾਂ ਨੂੰ ਜਾਣਦਾ ਵਾਂ ਜਿਹੜੇ 20-20 ਸਾਲ ਤੋਂ ਯੂਐਸਏ 'ਚ ਰਹਿ ਰਹੇ ਹੋ, ਅੱਜ ਤੱਕ ਉਹ ਪੱਕੇ ਨਹੀਂ ਹੋਏ। ਹੁਣ ਜਿਹੜਾ ਇਹ ਨਵਾਂ ਕਾਨੂੰਨ ਆ, ਇਹਦੇ ਹਿਸਾਬ ਨਾਲ ਸਿਰਫ ਉਹ ਲੋਕ ਜਿਹੜੇ ਪਿਛਲੇ 10 ਸਾਲ ਤੋਂ ਯੂਐਸਏ 'ਚ ਰਹਿ ਰਹੇ ਨੇ, ਉਹ 10 ਸਾਲ ਵੀ ਉਹਨਾਂ ਦੇ 17 ਜੂਨ 2024 ਤੋਂ ਪਹਿਲਾਂ ਪੂਰੇ ਹੋ ਜਾਣੇ ਚਾਹੀਦੇ ਨੇ, ਔਰ ਉਹਨਾਂ ਦੀ ਮੈਰਿਜ ਹੋਈ ਹੋਣੀ ਚਾਹੀਦੀ ਆ ਅਮੈਰੀਕਨ ਸਿਟੀਜ਼ਨ ਦੇ ਨਾਲ। ਉਹ 'ਚ ਇਹ ਨਹੀਂ, ਅਗਰ ਉਹਨਾਂ ਦੀ ਮੈਰਿਜ ਅਮੈਰੀਕਨ ਗ੍ਰੀਨ ਕਾਰਡ ਹੋਲਡਰ ਨਾਲ ਹੋਈ ਆ ਉਹ ਕੁਆਲੀਫਾਈ ਨਹੀਂ ਕਰਦੇ। ਅਗਰ ਉਹ ਮੈਰਿਜ ਦੇ ਨਾਲ ਨਹੀਂ ਰਹਿ ਰਹੇ ਬਲਕਿ ਐਜ਼ ਏ ਲਿਵ ਇਨ ਪਾਰਟਨਰ ਰਹਿ ਰਹੇ ਨੇ ਜਾਂ ਕਿਸੇ ਹੋਰ ਤਰੀਕੇ ਨਾਲ ਕਿਸੇ ਅਮੈਰੀਕਨ ਸਿਟੀਜ਼ਨ ਦੇ ਨਾਲ ਉਹਨਾਂ ਦਾ ਰਿਲੇਸ਼ਨ ਹੈਗਾ ਵਾ, ਉਹ ਵੀ ਇਹਦੇ 'ਚ ਕੁਆਲੀਫਾਈ ਨਹੀਂ ਕਰਦੇ। ਸੋ ਬਰੋਡਲੀ ਇਹ 2 ਕੰਡੀਸ਼ਨਸ ਹੈਗੀਆਂ ਨੇ ਜਿਹਨੂੰ ਸਾਹਮਣੇ ਰੱਖ ਕੇ ਲੋਕ ਕੁਆਲੀਫਾਈ ਕਰਨਗੇ। ਇਹਦੇ 'ਚ ਹੋਰ ਜਿਹੜੀਆਂ ਫਰਦਰ ਕੰਡੀਸ਼ਨਸ ਨੇ ਉਹ ਹਲੇ ਸਾਹਮਣੇ ਨਹੀਂ ਆਈਆਂ ਕਿ ਕਿੰਨੇ ਕਿੰਨੇ ਲੋਕ ਉਹਨਾਂ ਨੇ ਲੈਣੇ ਨੇ ਔਰ ਕਿਸ ਕੈਟਾਗਰੀ ਦੇ ਲੈਣੇ ਨੇ। ਇਹਦੇ 'ਚ ਨਾਲ ਉਹ ਵੀ ਨੇ ਕੁਛ ਬੱਚੇ ਜਿਹੜੇ ਨੇ ਇਲੀਗਲ ਮਾਈਗ੍ਰੈਂਟਸ ਦੇ, ਉਹਨਾਂ ਨੂੰ ਵੀ ਉਹਨਾਂ ਨੇ ਗੱਲ ਕੀਤੀ ਕਿ 50,000 ਦੇ ਕਰੀਬ ਉਹ ਲੋਕ ਵੀ ਉਹਨਾਂ ਨੇ ਪੱਕੇ ਕਰਨੇ ਨੇ। ਹੁਣ ਇੰਡੀਆ ਤੋਂ ਬਹੁਤ ਵੱਡਾ ਰੁਝਾਨ ਆ ਇੰਟਰਨੈਸ਼ਨਲ ਸਟੂਡੈਂਟਸ ਦਾ ਯੂਐਸ ਦੇ ਵਿੱਚ ਜਾਣ ਦਾ, ਖਾਸ ਤੌਰ 'ਤੇ ਅਗਰ ਆਪਾਂ ਅੱਜ ਦੀ ਡੇਟ ਦੇ ਵਿੱਚ ਦੇਖਦੇ ਹਾਂ। ਵੀਜ਼ਾ ਪ੍ਰੋਸੈਸ ਕਾਫੀ ਹੱਦ ਤੱਕ ਈਜ਼ੀ ਆ। ਯੂਐਸ ਦੇ ਵਿੱਚ ਬਹੁਤ ਵਾਰ ਆਪਾਂ ਨੂੰ ਅਪਫਰੰਟ ਟਿਊਸ਼ਨ ਫੀਸ ਪੂਰੀ ਨਹੀਂ ਪੇ ਕਰਨੀ ਪੈਂਦੀ, ਕੋਈ ਲਿਵਿੰਗ ਐਕਸਪੈਂਸ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ, ਦਿਖਾਉਣਾ ਹੀ ਪੈਂਦਾ ਸਿਰਫ ਬੈਂਕ ਦੇ ਵਿੱਚ। ਔਰ ਬਹੁਤ ਇਹੋ ਜਿਹੇ ਪ੍ਰੋਗਰਾਮ ਹੈਗੇ ਨੇ ਜਿੱਥੇ ਤੁਹਾਨੂੰ ਆਇਲਟਸ ਦਾ ਲੈਵਲ ਵੀ 5 ਬੈਂਡ ਹੀ ਚਾਹੀਦਾ ਵਾ ਜਾਂ 5.5 ਬੈਂਡ ਚਾਹੀਦਾ ਵਾ। ਕੁਛ ਇਹੋ ਜਿਹੇ ਵੀ ਇੰਸਟੀਟਿਊਸ਼ਨਸ ਹੈਗੇ ਨੇ ਜਿੱਥੇ ਤੁਸੀਂ ਵਿਦਆਊਟ ਆਇਲਟਸ ਵੀ ਕੁਆਲੀਫਾਈ ਕਰ ਸਕਦੇ ਹੋ। ਹਾਂ, ਇੰਟਰਵਿਊ ਜ਼ਰੂਰ ਤੁਹਾਨੂੰ ਦੇਣੀ ਪੈਂਦੀ ਆ ਔਰ ਇੰਟਰਵਿਊ ਤੁਹਾਨੂੰ ਕੁਆਲੀਫਾਈ ਵੀ ਕਰਨੀ ਪੈਂਦੀ ਆ। ਸੋ ਕਾਫੀ ਬੱਚੇ ਨੇ ਜਿਹੜੇ
ਅੱਜ ਦੀ ਡੇਟ ਦੇ ਵਿੱਚ ਯੂਐਸ 'ਚ ਵੀ ਜਾਂਦੇ ਨੇ, ਉੱਥੇ ਜੋ ਮੈਂ ਦੇਖਦਾ ਵਾਂ ਜਿਹੜੇ ਤਾਂ ਬੈਚਲਰ ਲੈਵਲ 'ਤੇ ਸਟੂਡੈਂਟ ਜਾਂਦੇ ਨੇ ਉਹ ਆਮ ਤੌਰ 'ਤੇ ਪੜ੍ਹਨ ਵਾਲੇ ਸਟੂਡੈਂਟ ਹੁੰਦੇ ਨੇ, ਪਰ ਜਿਹੜੇ ਉਸ ਤੋਂ ਲੋਅਰ ਲੈਵਲ ਡਿਪਲੋਮਾ ਹੋਲਡਰ ਡਿਪਲੋਮਾ ਵਾਲੇ ਪ੍ਰੋਗਰਾਮ ਜਾਂਦੇ ਨੇ ਉਹਨਾਂ 'ਚੋਂ ਬਹੁਤ ਸਾਰੇ ਸਟੂਡੈਂਟਸ ਦਾ ਰੁਝਾਨ ਜਿਹੜਾ ਪੜ੍ਹਨ ਵਾਲਾ ਨਹੀਂ ਹੁੰਦਾ। ਉੱਥੇ ਬੜੀ ਵਾਰ ਇਹੀ ਸੋਚਣਾ ਆਪਾਂ ਜਾਂਦੇ ਹਾਂ ਕਿ ਆਪਾਂ ਜਾ ਕੇ ਉੱਥੇ ਇਲੀਗਲ ਹੋ ਜਾਵਾਂਗੇ ਔਰ ਕੱਲ੍ਹ ਨੂੰ ਕੋਈ ਨਾ ਕੋਈ ਇਹੋ ਜਿਹਾ ਸਾਹਮਣੇ ਕਾਨੂੰਨ ਆਊਗਾ ਜਿਹਦੇ ਨਾਲ ਆਪਾਂ ਪੱਕੇ ਹੋ ਸਕੀਏ। ਪਰ ਆਪਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਜੋ ਟਰੰਪ ਵਾਲਾ ਈਰਾ ਸੀਗਾ ਜਿੱਥੇ ਆਪਾਂ ਦੇਖਿਆ ਕਿ ਜਿੱਥੇ ਇੰਨੀ ਸਖਤੀ ਸੀਗੀ ਕਿ ਉਹਨਾਂ ਨੇ ਬਹੁਤ ਸਾਰੇ ਲੋਕ ਜਿਹੜੇ ਕੁਆਲੀਫਾਈ ਕਰ ਸਕਦੇ ਸੀਗੇ ਉਹਨਾਂ ਨੂੰ ਵੀ ਕੁਆਲੀਫਾਈ ਨਹੀਂ ਹੋਣ ਦਿੱਤਾ ਔਰ ਉਹਨਾਂ 'ਚੋਂ ਵੀ ਬਹੁਤ ਸਾਰੇ ਲੋਕ ਬਾਅਦ 'ਚ ਕੈਨੇਡਾ 'ਚ ਜਾ ਕੇ PR ਲੈਣ ਲੱਗ ਪਏ। ਇਹੀ ਰੀਜ਼ਨ ਆ ਬਹੁਤ ਵੱਡਾ ਇੱਕ ਜਿਹਦੇ ਆਪਾਂ ਦੇਖਦੇ ਹਾਂ ਕੈਨੇਡਾ ਦੇ ਵਿੱਚ ਵੀ ਜਿਹੜਾ CRS ਸਕੋਰ ਅੱਗੇ ਨਾਲੋਂ ਕਾਫੀ ਉੱਪਰ ਚਲਾ ਗਿਆ। ਸੋ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਸੋਚ ਕੇ ਕੋਈ ਵੀ ਆਪਣਾ ਪੰਜਾਬ ਤੋਂ ਜਿਹੜੇ ਸਟੂਡੈਂਟ ਜਾਂਦੇ ਨੇ ਖਾਸ ਤੌਰ 'ਤੇ ਇੰਟਰਨੈਸ਼ਨਲ ਸਟੂਡੈਂਟ US ਦੇ ਵਿੱਚ ਇਸ ਭੁਲੇਖੇ 'ਚ ਕਦੇ ਨਾ ਜਾਓ ਕਿ ਉੱਥੇ ਚੀਜ਼ਾਂ ਈਜ਼ੀ ਨੇ। ਉੱਥੇ ਹਾਂ ਤੁਹਾਨੂੰ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਦਾ ਇੱਕ ਸਾਲ ਜਿਹਨੂੰ ਆਪਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਹਿੰਦੇ ਨੇ ਉਹ ਮਿਲ ਜਾਂਦਾ ਆਮ ਤੌਰ 'ਤੇ ਬਹੁਤ ਸਾਰੇ ਸਟੂਡੈਂਟਸ ਨੂੰ, ਬਟ ਉੱਥੇ ਵੀ ਜਿਹੜੀ ਤੁਹਾਡੀ ਜਦੋਂ ਜਿਹਾ ਤਾਂ ਤੁਹਾਡੀ ਲੜਾਈ ਹੈ ਖਾਸ ਤੌਰ 'ਤੇ PR ਵਾਲੇ ਪਾਸੇ ਤੁਰਨ ਨੂੰ ਕਾਫੀ ਲੰਬੀ ਆ। ਤੁਹਾਨੂੰ H1B ਵੀਜ਼ਾ ਲੈਣਾ ਪੈਂਦਾ ਵਾ ਜਿਹੜਾ ਹਾਈਲੀ ਸਕਿੱਲਡ ਲੋਕਾਂ ਨੂੰ ਹੀ ਮਿਲਦਾ ਵਾ। ਉੱਥੇ ਵੀ ਬਹੁਤ ਜ਼ਬਰਦਸਤ ਕੰਪੀਟੀਸ਼ਨ ਆ ਕਿਉਂਕਿ ਉਹ ਲੋਟਰੀ ਰਾਜ ਸਿਸਟਮ ਆ ਔਰ ਇੱਕ ਵਾਰ ਤੁਸੀਂ ਉਹ ਲੈ ਲੈਂਦੇ ਹੋ ਤੁਸੀਂ ਆਪਦੀ ਜੋਬ ਸਟਾਰਟ ਕਰ ਲੈਂਦੇ ਹੋ ਰੈਗੂਲਰ ਬੇਸਿਸ 'ਤੇ, ਫਿਰ ਜਿਹੜਾ ਤੁਹਾਡਾ ਇੰਪਲੋਇਰ ਆ ਉਹ ਤੁਹਾਨੂੰ ਸਪੋਂਸਰ ਕਰਦਾ ਵਾ ਹਰ ਸਾਲ ਲਈ ਔਰ ਲਗਾਤਾਰ ਤੁਹਾਨੂੰ ਇਹ ਸਪੋਂਸਰਸ਼ਿਪ 8-8, 10-10 ਸਾਲ ਕੈਰੀ ਕਰਨੀ ਪੈਂਦੀ ਆ ਬਿਫੋਰ ਯੂ ਬਿਕਮ ਐਲੀਜੀਬਲ ਟੂ ਅਪਲਾਈ ਫੋਰ ਪਰਮਨੈਂਟ ਰੈਜੀਡੈਂਸੀ ਇਨ USA। ਮੇਰੀ ਫੈਮਿਲੀ 'ਚੋਂ ਲੋਕ ਗਏ ਹੋਏ ਨੇ ਜਿਹਨਾਂ ਨੂੰ 12-12, 14-14 ਸਾਲ ਲੱਗ ਗਏ ਗ੍ਰੀਨ ਕਾਰਡ ਲੈਣ ਲਈ ਔਰ ਉਹ ਹਾਈਲੀ ਸਕਿੱਲਡ ਓਕੂਪੇਸ਼ਨ ਦੇ ਵਿੱਚ ਜੋਬਸ ਕਰਦੇ ਸੀਗੇ, ਬਹੁਤ ਵੈਲ ਪੇਇੰਗ ਜੋਬਸ ਸੀਗੀਆਂ। ਸੋ ਜਿਹੜਾ ਇਹ ਭੁਲੇਖਾ ਬਹੁਤ ਸਾਰੇ ਸਟੂਡੈਂਟਸ ਲੈ ਕੇ ਜਾਂਦੇ ਨੇ ਕਿ ਅਸੀਂ USA ਚਲੇ ਜਾਵਾਂਗੇ ਕਿਉਂਕਿ ਜਾਣ ਦਾ ਪ੍ਰੋਸੈਸ ਆਸਾਨ ਹੈਗਾ ਵਾ, ਉਸ ਤੋਂ ਬਾਅਦ ਅਸੀਂ ਅਸੈਲਮ ਲੈ ਲਾਂਗੇ ਔਰ ਜਿੱਦਾਂ ਅੱਜ ਦਾ ਕਾਨੂੰਨ ਆਇਆ ਵਾ ਉਹਦੇ ਹਿਸਾਬ ਨਾਲ ਅਸੀਂ ਸ਼ਾਇਦ ਆਉਣ ਟਾਈਮ 'ਤੇ ਪੱਕੇ ਹੋ ਜਾਵਾਂਗੇ। ਇਹ ਬਹੁਤ ਵੱਡਾ ਭਰਮ ਭੁਲੇਖਾ ਵਾ। ਇਸ ਵਾਰ ਗਵਰਨਮੈਂਟ ਵੀ ਚੇਂਜ ਹੋਣ ਦੇ ਚਾਂਸਿਸ ਹੈਗੇ ਨੇ, ਦੂਸਰੀ ਪਾਰਟੀ ਟਰੰਪ ਵਾਲੀ ਪਾਰਟੀ ਫਿਰ ਦੁਬਾਰਾ ਤੋਂ ਆਉਣ ਦੇ ਚਾਂਸਿਸ ਨੇ ਔਰ ਇਹ ਇੱਦਾਂ ਦੇ ਕਾਨੂੰਨ ਜਿਹੜੇ ਨੇ ਉਹ ਵਾਰ ਵਾਰ ਨਹੀਂ ਆਉਣੇ ਹੈਗੇ। ਜਿਹੜਾ ਹੁਣ ਵੀ ਕਾਨੂੰਨ ਆਇਆ ਉਹਦੇ 'ਚ ਉਹਨਾਂ ਨੇ ਕੰਡੀਸ਼ਨ ਰੱਖੀ ਹੈ ਕਿ ਤੁਹਾਡੀ ਮੈਰਿਜ ਹੋਈ ਹੋਣੀ ਚਾਹੀਦੀ ਆ ਇੱਕ ਅਮੈਰੀਕਨ ਸਿਟੀਜ਼ਨ ਦੇ ਨਾਲ। ਅਗਰ ਉਹ ਮੈਰਿਜ ਨਹੀਂ ਹੋਈ ਹੈਗੀ ਤਾਂ ਤੁਸੀਂ ਉਸ ਇਸ ਪਰਟੀਕੁਲਰ ਜਿਹੜਾ ਹੁਣ ਇਹ ਕਾਨੂੰਨ ਲੈ ਕੇ ਆਏ ਨੇ ਉਹ ਤੁਸੀਂ ਕੁਆਲੀਫਾਈ ਨਹੀਂ ਕਰਦੇ। ਅਤੇ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ ਜਿਹੜਾ ਰੈਗੂਲਰ ਅਸੈਲਮ ਸੀਕਰ ਆ ਉਹਦੇ ਲਈ ਜਿਹੜਾ ਪ੍ਰੋਸੈਸ ਹੈ ਉਹ ਇੰਨਾ ਆਸਾਨ ਨਹੀਂ ਹੈਗਾ। 10-20 ਸਾਲ ਵੀ ਲੱਗ ਜਾਂਦੇ ਨੇ ਤੁਹਾਨੂੰ ਉਸ ਪਾਸੇ ਤੁਰਨ ਲਈ ਔਰ ਬਹੁਤ ਵਾਰ ਤੁਹਾਨੂੰ ਸਭ ਕੁਝ ਹੋਣ ਦੇ ਬਾਵਜੂਦ ਵੀ ਤੁਸੀਂ ਕੁਆਲੀਫਾਈ ਨਹੀਂ ਕਰ ਪਾਉਂਦੇ। ਬਾਕੀ USA ਬਹੁਤ ਚੰਗੀ ਡੈਸਟੀਨੇਸ਼ਨ ਆ, ਅਸੀਂ ਵੀ USA ਕਰਦੇ ਹਾਂ। ਤੁਸੀਂ ਕੋਈ ਇਨਫੋਰਮੇਸ਼ਨ US ਸਟੂਡੈਂਟ ਵੀਜ਼ਾ ਦੀ ਤੁਸੀਂ ਲੈਣੀ ਹੋਵੇ, US ਵਿਜ਼ਟਰ ਵੀਜ਼ਾ ਦੀ ਲੈਣੀ ਹੋਵੇ, ਜ਼ਰੂਰ ਸਾਨੂੰ ਕੰਸਲਟ ਕਰ ਸਕਦੇ ਹੋ। ਨੰਬਰ ਸਾਡੇ ਸਾਹਮਣੇ ਡਿਸਪਲੇ ਹੋ ਰਹੇ ਨੇ।